ਅੱਜ ਅਸੀਂ ਰਾਸ਼ਟਰੀ ਖੇਡਾਂ ਦੇ ਹਿਸਾਬ ਨਾਲ ਸਰਦਾਰ ਪਿੰਡ ਦੇ ਵਿੱਚ ਪਹੁੰਚੇ ਹਾਂ, ਜਿੱਥੇ ਪਿੰਡ ਦੀ ਪੰਚਾਇਤ ਨੇ, ਪਿੰਡ ਦੇ ਲੋਕਾਂ ਨੇ ਬੜਾ ਹੁੰਗਾਰਾ ਭਰ ਕੇ ਅੱਜ ਗ੍ਰੇਟ ਖਲੀ ਜੀ ਦਾ ਸਵਾਗਤ ਕੀਤਾ। ਉਹ ਸਾਡੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਅੱਜ ਪਹੁੰਚੇ ਸੀ। ਉਹਨਾਂ ਨੇ ਜੋ ਸਭ ਨਾਲ ਵੱਡਾ ਜਿਹੜਾ ਸੁਨੇਹਾ ਪੰਜਾਬ ਦੀ ਜਨਤਾ ਨੂੰ ਜਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦਿੱਤਾ ਹੈ ਕਿ ਅੱਜ ਇਹ ਜਿਹੜੇ ਹੈਗੇ ਨੇ, ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਗਰ ਬੱਚਿਆਂ ਨੂੰ ਅਸੀਂ ਉਤਸ਼ਾਹਿਤ ਕਰਨਾ, ਨਸ਼ੇ ਤੋਂ ਹਟਾਉਣਾ ਹੈ ਤਾਂ ਗਰਾਊਂਡ ਖੇਡਾਂ ਦੇ ਬਣਾਉਣੇ ਚਾਹੀਦੇ ਹੈਗੇ, ਤਾਂ ਕਿ ਵੱਧ ਤੋਂ ਵੱਧ ਜਿਹੜਾ ਗਰਾਊਂਡ ਦੇ ਵਿੱਚ ਆਏ। ਉਹਨਾਂ ਨੇ ਗਰਾਊਂਡ ਦੇ ਵਿੱਚ ਨੌਜਵਾਨਾਂ ਨਾਲ ਮਿਲ ਕੇ ਕਿਹਾ ਪਲੇਅਰਸ ਨੂੰ ਕਿ ਅਗਰ ਖੇਡਾਂ ਵਿੱਚ ਤੁਸੀਂ ਮਿਹਨਤ ਮਾਰੋਗੇ ਤਾਂ ਤੁਹਾਨੂੰ ਕੋਈ ਨਸ਼ੇ ਦੀ ਲੋੜ ਨਹੀਂ ਪੈਗੀ। ਇਹ ਬਹੁਤ ਵੱਡਾ ਖੇਡਣ ਦਾ ਜਿਹੜਾ ਜਨੂੰਨ ਹੈ, ਇਹ ਬਹੁਤ ਵੱਡਾ ਨਸ਼ਾ ਹੈ। ਪੰਜਾਬ ਜਿਹੜਾ ਅਸੀਂ ਨੰਬਰ ਇੱਕ ਸਟੇਟ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਨਤਾ, ਪੰਜਾਬ ਦੀ ਨੌਜਵਾਨ ਪੀੜ੍ਹੀ ਫਿਰ ਮੁੜ ਕੇ ਪੰਜਾਬ ਨੂੰ ਨੰਬਰ ਇੱਕ 'ਤੇ ਲਿਆਏ, ਉਹ ਇਹੀ ਹੋ ਸਕਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਖੇਡਾਂ ਵਿੱਚ ਕਰੋ। ਉਹਨਾਂ ਨੇ ਕਿਹਾ ਕਿ ਮੈਂ ਅੱਜ ਇਸ ਪਿੰਡ ਦੇ ਵਿੱਚ ਪਹੁੰਚ ਕੇ ਗੁਰੂਆਂ ਦੀ ਧਰਤੀ 'ਤੇ ਮੈਂ ਮਾਣ ਅਦਾ ਕਰਦਾ ਹਾਂ ਕਿ ਬਹੁਤ ਵੱਡਾ ਇਹਨਾਂ ਦੇ ਫਖਰ ਹੈ। ਪੰਚਾਇਤ ਨੇ, ਸਰਦਾਰ ਇਕਬਾਲ ਸਿੰਘ ਗਿੱਲ ਸਾਹਿਬ ਨੇ ਅਤੇ ਭਾਈ ਸਾਹਿਬ ਭਾਈ ਪਰਿਵਾਰ ਨੇ, ਇਹਨਾਂ ਨੇ ਸਾਨੂੰ ਅੱਜ ਬੁਲਾ ਕੇ ਬਹੁਤ ਵੱਡਾ ਨਵਾਜਿਆ ਕਿ ਮੈਂ, ਉਹ ਕਹਿੰਦੇ ਦਿਨੇਸ਼ ਜੀ ਸਾਡੇ ਜਿਹੜੇ ਨੈਸ਼ਨਲ ਪਲੇਅਰ ਹੈ, ਮੇਰੇ ਦੋਸਤ ਹੈਗੇ, ਔਰ ਉਹਨਾਂ ਨੇ ਜੋ ਮੈਨੂੰ ਇੱਕ ਮਾਣ ਦਿੱਤਾ ਹੈ ਕਿ ਇਸ ਪਿੰਡ ਵਿੱਚ ਮੈਨੂੰ ਇੱਕ ਬਹੁਤ ਵੱਡਾ ਸੁਭਾਗਿਆ ਮਿਲਿਆ ਹੈ ਕਿ ਮੈਂ ਅੱਜ ਮੁੜ ਕੇ ਅੱਜ ਗਰਾਊਂਡ ਵਿੱਚ ਪਹੁੰਚ ਕੇ ਮੈਨੂੰ ਆਪਣਾ ਟਾਈਮ ਯਾਦ ਆ ਗਿਆ ਹੈ। ਅਤੇ ਮੈਂ ਇਹੀ ਸੁਨੇਹਾ ਦਊਂਗਾ ਕਿ ਮੈਂ ਵੀ ਨਸ਼ਿਆਂ ਤੋਂ ਦੂਰ ਰਿਹਾ ਅਤੇ ਲੋਕਾਂ ਨੂੰ ਚੰਗਾ। ਸੋ ਇਹ ਜਿਹੜਾ ਗੇਮਸ ਹੈ, ਹਮੇਸ਼ਾ ਅਸੀਂ ਕਰਦੇ ਰਹਾਂਗੇ। ਅਸੀਂ ਨੌਜਵਾਨ ਪੀੜ੍ਹੀਆਂ ਨੂੰ ਖਾਸ ਤੌਰ 'ਤੇ ਜਿਹੜਾ ਅੱਜ ਪੰਜਾਬ ਦੇ ਮੁੱਦੇ 'ਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਕਿਸਾਨਾਂ ਦਾ ਜਿਹੜਾ ਮਸਲਾ ਹੈ ਸਰਕਾਰ ਨੂੰ ਚਾਹੀਦਾ ਹੈ ਚੰਗੇ, ਤਾਂ ਕਿ ਪੰਜਾਬ ਕਿਸੇ ਵੇਲੇ ਪੂਰੇ ਦੇਸ਼ ਨੂੰ ਅੰਨ ਦਿੰਦਾ ਸੀ ਅਤੇ ਅੱਜ ਪੰਜਾਬ ਦੇ ਕਿਸਾਨ ਨੂੰ ਪ੍ਰੋਬਲਮਸ ਆ ਰਹੀ ਹੈ ਅਤੇ ਸਰਕਾਰ ਨੂੰ ਵੱਧ ਕੇ ਵਧੇਰੇ ਤੌਰ 'ਤੇ ਫੈਸਲੇ ਕਰਕੇ, ਦਿਲ ਵੱਡਾ ਕਰਕੇ ਕਿਸਾਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਕੀ ਕਹਿਣਾ ਚਾਹੁੰਦੇ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ, ਅਤੇ ਭਾਈ ਸਾਹਿਬ ਦਾ ਪਰਿਵਾਰ ਇੱਥੇ, ਸਰਦਾਰ ਇਕਬਾਲ ਸਿੰਘ ਗਿੱਲ ਸਾਹਿਬ, ਲਾਲੀ ਜੀ ਸਾਬਕਾ ਸਰਪੰਚ, ਸਾਰਾ ਇਹਨਾਂ ਦਾ ਜਨਮ, ਇਹ ਪਰਿਵਾਰ ਦੀ ਬੇਨਤੀ ਮੰਨ ਕੇ ਗ੍ਰੇਟ ਖਲੀ ਅੱਜ ਇਸ ਪਿੰਡ 'ਚ ਆਇਆ ਬੱਚਿਆਂ ਨੂੰ, ਖਿਡਾਰੀਆਂ ਨੂੰ ਉਤਸ਼ਾਹ ਦੇਣ ਲਈ। ਅਤੇ ਅਸੀਂ ਉਹਦਾ ਪਿੰਡ ਵੱਲੋਂ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਤੇ ਆਈ ਜੀ ਸਾਹਿਬ ਨੇ ਜਿਹੜਾ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਅੱਜ ਉੱਥੇ ਟਰੈਕ ਸੂਟ ਦਿੱਤੇ ਆ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਗੁਰੂਸਰ ਸੁਧਾਰ ਵਿਖੇ ਟੂਰਨਾਮੈਂਟ 'ਤੇ ਅੱਜ ਖਲੀ ਜੀ ਪਹੁੰਚੇ ਆ, ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ। ਅਤੇ ਆਪਣੇ ਐਕੂਪੈਂਚਰ ਵਾਲੇ ਡਾਕਟਰ ਸਾਹਿਬ ਇੰਦਰਜੀਤ ਸਿੰਘ, ਇਹ ਵੀ ਪਹੁੰਚੇ ਆ, ਇਹਨਾਂ ਦਾ ਵੀ ਸਵਾਗਤ ਕੀਤਾ ਜਾਂਦਾ ਹੈ। ਜਸਵੰਤ ਸਿੰਘ ਛਾਪਾ ਇਹ ਵੀ ਪਹੁੰਚੇ ਆ, ਆਈ ਜੀ ਇਕਬਾਲ ਸਿੰਘ ਗਿੱਲ ਇਹ ਵੀ ਪਹੁੰਚੇ ਆ, ਸਰਬੱਤ ਭਲਾ ਟਰੱਸਟ ਦੇ ਚੇਅਰਮੈਨ ਵੀ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਅੱਜ ਸਾਡੇ ਨਗਰ ਵਿੱਚ ਸਾਰਿਆਂ ਆਇਆਂ ਦਾ ਧੰਨਵਾਦ ਕੀਤਾ ਜਾਂਦਾ ਹੈ।